ਸ्रोਤੇ ਮਾਨ ਰਹੇ ਨੇ ਲਿਓ ਤੋਲਸਤਾਏ ਦੇ ਕਹਾਣੀ ਸੰਗ੍ਰਹਿ ਚੰਬੇ ਦੀਆਂ ਕਲੀਆਂ ਦੇ ਵਿੱਚ ਅਨੁਵਾਦਕ ਅਭੈ ਸਿੰਘ ਦੀ ਅਨੁਵਾਦ ਕੀਤੀ ਕਹਾਣੀ ਤਿੰਨ ਸਵਾਲ ਤੇ ਆਵਾਜ਼ ਤੁਸੀਂ ਮਾਨ ਰਹੇ ਹੋ ਸਿਮਰਨ ਅਕਸਤੀ ਇੱਕ ਸੀ ਰਾਜਾ ਉਹਨੂੰ ਆਪਣੇ ਰਾਜ ਪ੍ਰਬੰਧ ਨੂੰ ਚੰਗਾ ਕਰਨ ਦਾ ਸਦਾ ਫਿਕਰ ਰਹਿੰਦਾ ਸੀ ਇੱਕ ਦਿਨ ਉਹਨੇ ਸੋਚਿਆ ਜੇ ਮੈਨੂੰ ਤਿੰਨ ਸਵਾਲਾਂ ਦਾ ਜਵਾਬ ਮਿਲ ਜਾਏ ਤਮੇ ਰਾਜ ਪ੍ਰਬੰਧ ਚ ਕਦੇ ਗਲਤੀ ਨਾ ਕਰਾਂ ਸਵਾਲ ਇਹ ਸੀ ਨੰਬਰ 1 ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਹੈ ਨੰਬਰ 2 ਵਰਤਾਵ ਲਈ ਚੰਗੇ ਆਦਮੀ ਕਿਹੜੇ ਨੇ ਤੇ ਨੰਬਰ 3 ਕੇ ਸਭ ਤੋਂ ਜ਼ਰੂਰੀ ਕੰਮ ਹੈ ਕਿਹੜਾ ਰਾਜੇ ਨੇ ਟੰਡੋਰੀ ਪਟਵਾ ਦਿੱਤੀ ਕਿ ਜਿਹੜਾ ਸ਼ਖਸ ਉਹਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਉੱਤਰ ਦੇਵੇਗਾ ਨਾ ਉਹਨੂੰ ਉਹ ਧਨ ਪਦਾਰਥ ਨਾਲ ਮਾਲਾ-ਮਾਲ ਕਰ ਦੇਗਾ ਪਾਤ ਪਾਤ ਦੇ ਸਿਆਣੇ ਪੁਰਸ਼ ਟੰਡੋਰੀ ਸੁਣ ਕੇ ਰਾਜੇ ਪਾਸ ਆਏ ਤੇ ਅੱਡੋ ਅੱੜੇ ਜਵਾਬ ਦੇਣ ਲੱਗੇ ਪਹਿਲੇ ਸਵਾਲ ਦੇ ਉੱਤਰ 'ਚ ਕਿਸੇ ਨੇ ਆਖਿਆ ਕਿ ਵੇਲੇ ਦੀ ਵੰਡ ਦੇ ਅਨੁਸਾਰ ਹਰ ਕੰਮ ਮੌਕੇ ਤੇ ਕਰਨਾ ਚਾਹੀਦਾ ਕਿਸੇ ਆਖਿਆ ਹਮੇਸ਼ਾ ਹੀ ਰੁੱਝੇ ਰਹਿਣਾ ਚਾਹੀਦਾ ਆਪੇ ਠੀਕ ਸਮੇਂ ਦਾ ਪਤਾ ਲੱਗ ਜਾਏਗਾ ਕਿਸੇ ਆਖਿਆ ਸਿਆਣੇ ਆਦਮੀਆਂ ਦੀ ਇੱਕ ਕਾਉਂਸਲ ਹੋ ਜਾਣੀ ਚਾਹੀਦੀ ਹੈ ਜਿਹੜੀ ਰਾਜੇ ਨੂੰ ਦੱਸੇ ਕਿ ਹੁਣ ਕੰਮ ਕਰਨ ਦਾ ਠੀਕ ਮੌਕਾ ਹੈ ਅਨਾ ਜਵਾਬਾਂ ਤੋਂ ਹੋਰ ਸਿਆਣਿਆਂ ਨੇ ਇਤਰਾਜ਼ ਕੀਤਾ ਕਿਸੇ ਆਖਿਆ ਬਈ ਹਰ ਵਕਤ ਕੌਣ ਸਭ ਕਿਵੇਂ ਬੁਲਾ ਸਕਦੇ ਆ ਕਿਸੇ ਆਖਿਆ ਰਾਜੇ ਨੂੰ ਚੰਗੇ ਚੰਗੇ ਜੋਤਸ਼ੀ ਨੌਕਰ ਰੱਖਣੇ ਚਾਹੀਦੇ ਨੇ ਜਿਹੜੇ ਭਵਿੱਖਤ ਗੱਲਾਂ ਦੱਸ ਦੇਣ ਤੇ ਰਾਜਾ ਹਰ ਗੱਲੋਂ ਪਹਿਲਾਂ ਹੀ ਤਿਆਰ ਹੋ ਰਹੇ ਬਾਕੀ ਦੇ ਸਵਾਲਾਂ ਦੇ ਜਵਾਬ ਵੀ ਐਸੇ ਤਰ੍ਹਾਂ ਵਣ ਵਣ ਦੀ ਲੱਕੜੀ ਵਾਂਗ ਆਏ ਕਿਸੇ ਆਖਿਆ ਵਰਤਾਵ ਲਈ ਚੰਗੇ ਆਦਮੀ ਵਜ਼ੀਰ ਹਨ ਕਿਸੇ ਆਖਿਆ ਨਾ ਫੋਜਾਂ ਤੇ ਜਰਨੇਲਾ ਨਾਲ مشورہ کرنا ਚਾਹੀਦਾ ਸਭ ਤੋਂ ਜ਼ਰੂਰੀ ਕੰਮ ਕਿਸੇ ਨੇ ਸਾਇੰਸ ਦੱਸਿਆ ਕਿਸੇ ਨੇ ਕੋਮਲ ਹੁਨਰ ਕਿਸੇ ਨੇ ਯੁੱਧ ਤੇ ਕਿਸੇ ਨੇ ਭਗਤੀ ਜਵਾਬ ਅਜਿਹੇ ਭਾਂਤ ਭਾਂਦੇ ਸੀਗੇ ਰਾਜੇ ਦੀ ਕਿਸੇ ਨਾਲ ਵੀ ਤਸੱਲੀ ਨਾ ਹੋਈ ਤੇ ਉਹਨੇ ਕਿਸੇ ਨੂੰ ਵੀ ਇਨਾਮ ਹੀ ਨ ਦਿੱਤਾ ਐਨੇ ਨੂੰ ਪਤਾ ਲੱਗਾ ਕਿ ਜੰਗਲ ਦੇ ਵਿੱਚ ਇੱਕ ਸਿਆਣਾ ਤਪੀਸ਼ਰ ਰਹਿੰਦਾ ਰਾਜੇ ਆਖਿਆ ਚਲੋ ਉਸ ਤੋਂ ਉੱਤਰ ਪੁੱਛੀਏ ਤਪੀਸ਼ਰ ਆਪਣੀ ਕੂਟਿਆ ਛੱਡ ਕੇ ਬਾਹਰ ਨਹੀਂ ਸੀ ਜਾਂਦਾ ਹੁੰਦਾ ਤੇ ਨਾ ਹੀ ਉਹ ਆਦਮੀਆਂ ਤੋਂ ਬਿਨਾਂ ਕਿਸੇ ਨਾਲ ਬਾਤ ਚੀਤ ਕਰਿਆ ਕਰਦਾ ਸੀ ਐਸ ਵਾਸਤੇ ਰਾਜੇ ਨੇ ਪੇਸ ਬਦਲਿਆ ਮਾਮੂਲੀ ਲੋਕਾਂ ਵਾਲੇ ਕੱਪੜੇ ਪਾਏ ਤੇ ਆਪਣਾ ਬਾਡੀਗਾਰਡ ਜੰਗਲ ਦੇ ਬਾਹਰ ਛੱਡਿਆ ਤੇ ਆਪ ਤੁਰ ਪਿਆ ਕੂਟਿਆ ਵੱਲ ਨੂੰ ਇਕੱਲਾ ਜਦ ਰਾਜਾ ਆਇਆ ਤਾਂ ਤਪੀਸ਼ਰ ਆਪਣੀ ਕੂਟਿਆ ਦੇ ਸਾਹਮਣੇ ਇੱਕ ਕਿਆਰੀ ਬੁੱਟ ਰਿਹਾ ਸੀ ਰਾਜੇ ਨੂੰ ਆਸ਼ੀਰਵਾਦ ਦੇ ਕੇ ਉਹ ਫੇਰ ਆਪਣੇ ਕੰਮ 'ਚ ਰੁੱਝਾ ਰਿਹਾ ਪੀਰ ਦਾ ਸਰੀਰ ਬਿਰਦਰ ਸੁੱਕਾ ਹੋਇਆ ਸੀ ਕਹੀ ਮਾਰਦਿਆਂ ਤੋਂ ਮਿੱਟੀ ਪੁੱਟਦਿਆਂ ਤੋਂ ਉਹਨੂੰ ਸਾਹ ਚੜੇ ਰਾਜੇ ਨੇ ਕੋਲ ਜਾ ਕੇ ਆਖਿਆ ਤਪੀਸ਼ਰ ਜੀਓ ਮੈਂ ਤੁਸਾਂ ਨੂੰ ਤਿੰਨ ਸਵਾਲ ਪੁੱਛਣ ਆਇਆ ਹਾਂ ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕਿਹੜਾ ਵਰਤਾਲੇ ਚੰਗੇ ਆਦਮੀ ਕਿਹੜੇ ਨੇ ਤੇ ਸਭ ਤੋਂ ਜ਼ਰੂਰੀ ਕਿਹੜਾ ਕੰਮ ਹੈ ਤਪੀਸ਼ਰ ਨੇ ਸਵਾਲ ਸੁਣ ਕੇ ਕੋਈ ਜਵਾਬ ਨਾ ਦਿੱਤਾ ਆਪਣੇ ਹੱਥ ਤੇ ਥੁੱਕ ਕੇ ਉਹਨੇ ਫੇਰ ਕਹੀ ਫੜ ਲਈ ਤੇ ਪੁੱਟਣਾ ਸ਼ੁਰੂ ਕਰ ਦਿੱਤਾ ਰਾਜੇ ਨੇ ਆਖਿਆ ਤਪੀਸ਼ਰ ਜੀ ਤੁਸੀਂ ਥੱਕ ਗਏ ਹੋ ਕਹੀ ਮੈਨੂੰ ਦਿਓ ਮੈਂ ਕਿਹਾਰੀ ਪੁੱਟ ਦਿਆਂ ਤਪੀਸ਼ਰ ਨੇ ਮਿਹਰਬਾਨੀ ਆਖ ਕੇ ਕਹੀ ਫੜਾ ਦਿੱਤੀ ਔਰ ਜ਼ਮੀਨ ਤੇ ਬੈਠ ਗਿਆ ਰਾਜੇ ਨੇ ਕੁਛੇਰ ਕੰਮ ਕਰਕੇ ਫੇਰ ਉਹੀ ਸਵਾਲ ਪੁੱਛਿਆ ਪਰ ਤਪੀਸ਼ਰ ਨੇ ਸਵਾਲਾਂ ਦਾ ਜਵਾਬ ਨਾ ਦਿੱਤਾ ਤੇ ਕਹੀ ਫੜ ਕੇ ਆਖਿਆ ਤੁਸੀਂ ਥੱਕ ਗਏ ਹੋ ਆਓ ਹੁਣ ਮੈਂ ਕੰਮ ਕਰਾਂ ਰਾਜੇ ਨੇ ਕਹੀ ਹੱਥੋਂ ਨਾ ਛੱਡੀ ਤੇ ਕਿਾਰੇ ਪੁੱਟਦਾ ਰਿਆ 2 ਘੰਟੇ ਲੰਘ ਗਏ ਰੁੱਖਾਂ ਦੇ ਓਲੇ ਹੋ ਕੇ ਸੂਰਜ ਛਿਪਣ ਲੱਗਾ ਤੇ ਰਾਜੇ ਨੇ ਕਹੀ ਰੱਖ ਕੇ ਪੁੱਛਿਆ ਤਪੀਸ਼ਰ ਜੀ ਮੈਂ ਤੁਹਾਡੇ ਪਾਸੋਂ ਆਪਣੇ ਪ੍ਰਸ਼ਨ ਦਾ ਉੱਤਰ ਲੈਣ ਆਇਆ ਜੇ ਤੁਸੀਂ ਨਹੀਂ ਜਵਾਬ ਨਹੀਂ ਦੇਣਾ ਤਾਂ ਦੱਸੋ ਮੈਂ ਘਰ ਨੂੰ ਮੁੜ ਜਾਵਾਂ ਤਪੀਸ਼ਰ ਬੋਲਿਆ ਓ ਵੇਖੋ ਉਹ ਆਦਮੀ ਦੌੜਿਆ ਆ ਰਿਹਾ ਹੈ ਵੇਖੀਏ ਐਸ ਵਿਚਾਰੇ ਤੇ ਕੀ ਬਿੱਤ ਪਈ ਹੈ ਰਾਜੇ ਨੇ ਮੁੜ ਕੇ ਵੇਖਿਆ ਜੰਗਲ ਚੋਂ ਇੱਕ ਗੱਭਰੂ ਦੌੜਦਾ ਆਇਆ ਉਹਦੇ ਹੱਥ ਆਪਣੀ ਵਖੀ ਤੇ ਸੀ ਤੇ ਉਥੋਂ ਲਹੂ ਚੱਲ ਰਿਹਾ ਸੀ ਉਹ ਤਪੇਸ਼ਰ ਰਾਜੇ ਦੇ ਨੇੜੇ ਆ ਕੇ ਢਾਲ ਹੋ ਕੇ ਟੈਪਿਆ ਰਾਜੇ ਨੇ ਫੌਰਨ ਉਹਦੀ ਪੱਟੀ ਖੋਲੀ ਤੇ ਵੇਖਿਆ ਕਿ ਉਹਦੀ ਵਖੀ ਦੇ ਵਿੱਚ ਭਾਰੀ ਜ਼ਖਮ ਹੈ ਰਾਜੇ ਨੇ ਉਹਨੂੰ ਧੋ ਕੇ ਆਪਣੀ ਰੁਮਾਲ ਤੇ ਤਪੀਸ਼ਰ ਦੇ ਤੌਲੀਏ ਨਾਲ ਬੰਨਿਆ ਪਰ ਲਹੂ ਵਗਣੋਂ ਬੰਦ ਨਾ ਹੋਇਆ ਰਾਜਾ ਫੇਰ ਫੇਰ ਲਹੂ ਪਰ ਇਹ ਰੁਮਾਲ ਲਾਹੇ ਤੇ ਉਹਨੂੰ ਧੋ ਕੇ ਜ਼ਖਮ ਤੇ ਬੰਨ ਦੇ ਅਖੀਰ ਲਹੂ ਵਗਣਾ ਬੰਦ ਹੋ ਗਿਆ ਤੇ ਉਹ ਸਾਤਵੀ ਨੇ ਅੱਖਾਂ ਖੋਲੀਆਂ ਅਰਪੀਣ ਨੂੰ ਕੁਝ ਮੰਗਿਆ ਰਾਜਾ ਦੌੜ ਕੇ ਤਾਜ਼ਾ ਪਾਣੀ ਲੈ ਆਇਆ ਤੇ ਉਹਦੇ ਮੂੰਹ ਚ ਪਾਇਆ ਅਨਨ ਨੂੰ ਸੂਰਜ ਲੈ ਗਿਆ ਤੇ ਠੰਡ ਪੈਣ ਲੱਗੀ। ਰਾਜੇ ਹਰ ਤਪੀਸ਼ਰ ਨੇ ਆਦਮੀ ਨੂੰ ਚੁੱਕ ਕੇ ਕੁਟੀਆ ਵਿੱਚ ਜਾ ਲਟਾਇਆ। ਅੰਦਰ ਲੇਟ ਕੇ ਉਹਦੀ ਅੱਖ ਲੱਗ ਗਈ ਤੇ ਉਹ ਸੌਂ ਗਿਆ। ਰਾਜਾ ਵੀ ਦਿਨ ਭਰ ਦਾ ਥੱਕਿਆ ਹੋਇਆ ਸੀ। ਉਹਨੂੰ ਵੀ ਇੱਕਿਆਰੀਆਂ ਪੁੱਟਦਿਆਂ ਡਾਢੀ ਥਕਾਵਟ ਹੋਈ ਸੀ। ਉਹਨੂੰ ਵੀ ਜਿਵੇਂ ਨੀਂਦਰ ਨੇ ਆ ਕੇ ਇੱਕਦਮ ਘੇਰ ਲਿਆ। ਇਸ ਤਰ੍ਹਾਂ ਸੁੱਤੇਆਂ ਰਾਤ ਲੰਘ ਗਈ। ਸਵੇਰੇ ਜਾਦੂ ਜਾਗਿਆ ਤੇ ਸੋਚਣ ਲੱਗਾ ਮੈਂ ਇੱਥੇ ਕਿਵੇਂ ਆ ਗਿਆ? ਜਦੋਂ ਉਸ ਗੱਬਰੂ ਨੇ ਅੱਖ ਖੋਲੀ ਤਾਂ ਰਾਜੇ ਨੂੰ ਆਪਣੇ ਵੱਲ ਤੱਕਦਿਆਂ ਵੇਖ ਕੇ ਉਹਨੇ ਹੱਥ ਜੋੜ ਕੇ ਆਖਿਆ ਮੈਨੂੰ ਮਾਫੀ ਦੇ ਦਿਓ ਰਾਜਾ ਹੈਰਾਨ ਹੋ ਗਿਆ ਕਿ ਮੈਂ ਤੈਨੂੰ ਜਾਣਦਾ ਨਹੀਂ ਮਾਫੀ ਕਿਸ ਗੱਲ ਦੀ ਤੇ ਕਸੂਰ ਕੀ ਗੱਬਰੂ ਨੇ ਦੱਸਿਆ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਪਰ ਮੈਂ ਤਾਂ ਸਾਡਾ ਦੁਸ਼ਮਣ ਸੀ ਮੈਂ ਸੌਂ ਖਾਦੀ ਸੀ ਕਿ ਤੁਸਾਂ ਨੂੰ ਕਤਲ ਕਰਾਂਗਾ ਤੁਸਾਂ ਮੇਰੇ ਪ੍ਰਾਣ ਨੂੰ ਫਾਂਸੀ ਤੇ ਲਟਕਾਇਆ ਤੇ ਉਹਦੀ ਜਾਇਦਾਦ ਜ਼ਬਤ ਕਰ ਲਈ ਸੀ ਮੈਨੂੰ ਪਤਾ ਸੀ ਤੁਸੀਂ ਜੰਗਲ ਦੇ ਵਿੱਚ ਇਕੱਲੇ ਹੋ ਤੇ ਮੇਰਾ ਇਰਾਦਾ ਤੁਹਾਨੂੰ ਵਾਪਸੀ ਤੇ ਮਾਰਨ ਦਾ ਸੀ ਪਰ ਦਿਨ गुਜ਼ਰ ਚੱਲਿਆ ਤੇ ਤੁਸੀਂ ਮੁੜੇ ਹੀ ਨਾ ਮੈਂ ਆਪਣੀ ਥਾਂ ਵਿੱਚੋਂ ਨਿਕਲ ਕੇ ਤੁਹਾਨੂੰ ਲੱਭਣ ਲੱਗਾ ਤੁਹਾਡੇ ਆਦਮੀਆਂ ਰਲ ਕੇ ਮੈਨੂੰ ਪਛਾਣ ਕੇ ਜ਼ਖਮੀ ਕਰ ਦਿੱਤਾ ਉੱਥੋਂ ਭੱਜ ਕੇ ਮੈਂ ਇੱਥੇ ਆਇਆ ਤੁਸੀਂ ਮੇਰੀ ਮਰਮ ਪੱਟੀ ਕੀਤੀ ਤੇ ਮੇਰੀ ਜਾਨ ਬਚਾਈ ਮੈਂ ਤੁਹਾਨੂੰ ਮਾਰਨ ਆਇਆ ਸੀ ਪਰ ਤੁਸੀਂ ਮੇਰੀ ਰੱਖਿਆ ਕੀਤੀ जिम्मेदार रह तो ਤੁਹਾਡਾ ਚਰਨ ਸੇਵਕ ਬਣ ਕੇ ਰਹਾਂਗਾ ਮੈਨੂੰ ਖਿਮਾ ਕਰੋ ਮਹਾਰਾਜ ਮੈਨੂੰ ਖਿਮਾ ਕਰੋ ਰਾਜਾ ਆਪਣੇ ਇਸ ਵੈਰੀ ਦੇ ਨਾਲ ਸੁਲ੍ਹਾ ਕਰਕੇ ਬੜਾ ਪਰਸੰਨ ਹੋਇਆ ਤੇ ਨਾਹੀਂ ਕੇਵਲ ਉਹਨੂੰ ਮਾਫ ਕੀਤਾ ਸਗੋਂ ਆਖਣ ਲੱਗਾ ਆਪਣੇ ਨੌਕਰ ਭੇਜ ਕੇ ਮੈਂ ਸ਼ਾਹੀ ਹਕੀਮ ਬੁਲਾਵਾਂਗਾ ਤੇ ਫੇਰ ਉਹ ਤੇਰੇ ਫੱਟਾਂ ਤੇ ਪੱਟੀ ਕਰੇਗਾ ਤੇਰੇ ਭਰਾ ਦੀ ਜਾਇਦਾਦ ਵੀ ਤੈਨੂੰ ਮਿਲ ਜਾਏਗੀ ਜ਼ਖਮੀ ਗੱਭਰੂ ਤੋਂ ਵੇਲਿਆ ਹੋ ਕੇ ਰਾਜਾ ਬਾਹਰ ਆਇਆ ਤਾਂ ਪੀਸ਼ਰ ਕੱਲ ਵਾਲੀ ਕਿਆਰੀ 'ਚ ਬੀਜ ਪਾ ਰਿਆ ਸੀ ਰਾਜੇ ਨੇ ਨੇੜੇ ਹੋ ਕੇ ਪ੍ਰਣਾਮ ਕੀਤੀ ਤੇ ਆਖਿਆ ਮਹਾਰਾਜ ਮੇਰੀ ਅਖੀਰੀ ਬੇਨਤੀ ਹੈ ਮੈਨੂੰ ਮੇਰੇ ਸਵਾਲਾਂ ਦਾ ਉੱਤਰ ਦਿਓ ਤਾਂ ਪੀਸ਼ਰ ਰਿਠ ਕੇ ਬੈਠ ਗਿਆ ਆਖਣ ਲੱਗਾ ਰਾਜਨ ਤੈਨੂੰ ਜਵਾਬ ਮਿਲ ਚੁੱਕਾ ਹੈ ਰਾਜਾ ਹੈਰਾਨ ਹੋਏ ਮੈਨੂੰ ਜਵਾਬ ਕਿਸ ਤਰ੍ਹਾਂ ਮਿਲ ਚੁੱਕਿਆ ਤਪੀਸ਼ਰ ਤਪੀਸ਼ਰ ਨੇ ਆਖਿਆ ਵੇਖ ਰਾਜਨ ਜੇ ਤੂੰ ਕੱਲ ਮੇਰੇ ਉੱਤੇ ਦਇਆ ਕਰਕੇ ਕਿਆਰੀ ਨਾ ਪੁੱਟਦਾ ਛੇਤੀ ਵਾਪਸ ਪਰਤ ਜਾਂਦਾ ਤੇ ਆਦਮੀ ਤੇਰੇ ਉੱਤੇ ਹਮਲਾ ਕਰਦਾ ਔਰ ਫੇਰ ਤੂੰ ਪਛਤਾਉਂਦਾ ਸੋ ਸਭ ਤੋਂ ਚੰਗਾ ਸਮਾਂ ਉਹ ਸੀ ਜਦ ਤੂੰ ਕਿਆਰੀ ਪੁੱਟਦਾ ਸੀ ਮੈਂ ਉਸ ਵੇਲੇ ਵਰਤਾਉ ਲਈ ਚੰਗਾ ਪੁਰਸ਼ ਸਾਂ ਮੇਰੇ ਨਾਲ ਨੇਕੀ ਕਰਨੀ ਤੂੰ ਸਭ ਤੋਂ ਜ਼ਰੂਰੀ ਕੰਮ ਸਮਝਿਆ ਇਹੋ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ ਫੇਰ ਸਭ ਤੋਂ ਪਿੱਛੋਂ ਜਦੋਂ ਗੱਭਰੂ ਦੌੜਦਾ ਹੋਇਆ ਆਇਆ ਤਾਂ ਸਭ ਤੋਂ ਚੰਗਾ ਸਮਾਂ ਉਹ ਸੀ ਜਦ ਤੂੰ ਉਹਦੇ ਪੱਟੀ ਕੀਤੀ ਜੇ ਤੂੰ ਇਉਂ ਨਾ ਕਰਦਾ ਤਾਂ ਇਹ ਆਦਮੀ ਤੇਰਾ ਵੈਰੀ ਹੋ ਕੇ ਮਰਦਾ ਉਸ ਵੇਲੇ ਵਰਤਾਉ ਲਈ ਉਹ ਜ਼ਰੂਰੀ ਆਦਮੀ ਸੀ ਤੇ ਸਭ ਤੋਂ ਭਲਾ ਕੰਮ ਜੋ ਤੂੰ ਕੀਤਾ ਉਹਦੇ ਨਾਲ ਜੋ ਤੂੰ ਭਲਾਈ ਵਰਤੀ ਉਹੀ ਜ਼ਰੂਰੀ ਕੰਮ ਸੀ ਰਾਜਨ ਯਾਦ ਰੱਖ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਹੈ। ਇਸ ਵੇਲੇ ਜੋ ਨیکی ਹੋ ਸਕੇ ਸੋ ਕਰ ਲਵੋ। ਇਹੋ ਵੇਲਾ ਤੇਰੇ ਹੱਥ ਹੈ। ਇਹੋ ਜ਼ਰੂਰੀ ਵੇਲਾ ਹੈ। ਵਰਤਾਉ ਲਈ ਉਹੀ ਚੰਗਾ ਆਦਮੀ ਹੈ ਜਿਹੜਾ ਤੇਰੇ ਪਾਸ ਹੋਵੇ। ਪਤਾ ਨਹੀਂ ਹੋਰ ਕਿਸੇ ਨਾਲ ਸਾਡਾ ਵਾਹ ਪੈਣਾ ਵੀ ਹੈ ਜਾਂ ਨਹੀਂ। ਤੇ ਸਭ ਤੋਂ ਜ਼ਰੂਰੀ ਕੰਮ ਕਿ ਉਹ ਸਾਦਮੀ ਦਾ ਭਲਾ ਕੀਤਾ ਜਾਵੇ। ਕਿਉਂ ਜੋ ਮਨੁੱਖ ਦੇ ਦੁਨੀਆ ਵਿੱਚ ਆਵਣ ਦਾ ਮੰਤਲ ਇੱਕੋ ਇੱਕ ਹੀ ਹੈ ਨਾ ਦੂਜਿਆਂ ਦਾ ਭਲਾ ਕਰਨਾ